ਜਦੋਂ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ, ਦਸਮ ਪਿਤਾ ਜੀ ਨੇ ਉਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਨੌਵੇਂ ਪਾਤਸ਼ਾਹ ਜੀ ਦਾ ਸੀਸ ਦਾ ਸੰਸਕਾਰ ਕਰਨ ਤੋਂ ਉਪਰੰਤ, ਜਿਵੇਂ ਤੁਸੀਂ ਸੰਗਤ ਦੇ ਵਿੱਚ ਅਣਗਿਣਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੁੜ ਕੇ ਬੈਠੇ ਹੋ, ਐਨ ਉਸੇ ਸਮੇਂ ਸੰਗਤਾਂ ਅਨੰਦਪੁਰ ਸਾਹਿਬ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੁੜੀਆਂ ਬੈਠੀਆਂ ਹੋਈਆਂ ਸਨ। ਉਸ ਸਮੇਂ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਚਨ ਆਪਣੇ ਮੁਖਾਰਬਿੰਦ ਤੋਂ ਕਹੇ ਸਨ ਕਿ ਗੁਰਸਿੱਖੋ, ਸਾਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਦਿੱਲੀ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸਰੀਰ ਦਾ ਧੜ ਰਹਿ ਗਿਆ, ਉਸ ਧੜ ਦਾ ਸੰਸਕਾਰ ਕਰਨ ਵਾਸਤੇ ਕੋਈ ਸਿੱਖ ਅੱਗੇ ਆਇਆ ਤਾਂ ਉਸ ਸਮੇਂ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ, ਇਹਨਾਂ ਨੇ ਸਤਿਗੁਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਚਾਂਦਨੀ ਚੌਂਕ ਵਿੱਚ ਜਦੋਂ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ, ਔਰੰਗਜ਼ੇਬ ਨੇ ਡੌਂਡੀ ਪਿਟਵਾਈ, ਢੋਲ ਦੇ ਉੱਤੇ ਸਾਧ ਸੰਗਤ ਜੀ ਡੱਗਾ ਲਾਉਣਾ, ਢੋਲ ਨੂੰ ਪਿੱਟਣਾ, ਢੋਲ ਵਜਾਉਣਾ, ਗਲੀ ਗਲੀ ਵਿੱਚ ਢੋਲ ਵਜਾਇਆ ਗਿਆ ਅਤੇ ਹੋਕਾ ਦਵਾਇਆ ਗਿਆ ਲੋਕਾਂ ਨੂੰ ਦੱਸਣ ਵਾਸਤੇ। ਪੁਰਾਣੇ ਸਮਿਆਂ ਵਿੱਚ ਹੋਕਾ ਹੀ ਦਿੱਤਾ ਜਾਂਦਾ ਸੀ, ਉੱਚੀ ਆਵਾਜ਼ ਵਿੱਚ ਹੋਕਾ ਦਵਾਇਆ ਗਿਆ ਗਲੀ ਗਲੀ ਵਿੱਚ, ਦਿੱਲੀ ਦੇ ਸ਼ਹਿਰ ਸ਼ਹਿਰ ਵਿੱਚ। ਔਰੰਗਜ਼ੇਬ ਨੇ ਇੱਕ ਐਲਾਨ ਕਰਵਾਇਆ ਕਿ ਜੇ ਕੋਈ ਨੌਵੇਂ ਪਾਤਸ਼ਾਹ ਜੀ ਦਾ ਗੁਰੂ ਦਾ ਸਿੱਖ ਹੈ, ਆਪਣੇ ਗੁਰੂ ਦੇ ਧੜ ਦਾ ਸੰਸਕਾਰ ਕਰ ਸਕਦਾ ਹੈ। ਔਰੰਗਜ਼ੇਬ ਇਹ ਗੱਲ ਦੇਖਣੀ ਚਾਹੁੰਦਾ ਸੀ ਕਿ ਸਿੱਖਾਂ ਵਿੱਚ ਕੋਈ ਅਣਖ ਗੈਰਤ ਵੀ ਹੈ, ਆਪਣੇ ਗੁਰੂ ਦੇ ਪ੍ਰਤੀ ਸਿੱਖਾਂ ਦੇ ਮਨ ਵਿੱਚ ਸ਼ਰਧਾ ਵੀ ਹੈ, ਪ੍ਰੇਮ ਵੀ ਹੈ, ਸਿਦਕ ਵੀ ਹੈ, ਕੋਈ ਸਿੱਖਾਂ ਦੇ ਅੰਦਰ ਜਿਉਂਦੀ ਜਾਗਦੀ ਜ਼ਮੀਰ ਵੀ ਹੈ, ਜਿਹੜਾ ਮੇਰੇ ਜ਼ੁਲਮ ਦੀ, ਮੇਰੇ ਜਬਰ ਦੀ, ਮੇਰੇ ਭੈ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਤਲੀ 'ਤੇ ਸਿਰ ਰੱਖ ਕੇ ਆਪਣੇ ਗੁਰੂ ਦੇ ਧੜ ਦਾ ਸੰਸਕਾਰ ਕਰ ਸਕਦਾ ਹੋਵੇ। ਔਰੰਗਜ਼ੇਬ ਇਹ ਚਾਹੁੰਦਾ ਸੀ ਕਿ ਜੇ ਕੋਈ ਸਿੱਖ ਇਸ ਸੇਵਾ ਲਈ, ਇਸ ਕਰਮ ਲਈ ਅੱਗੇ ਆਏਗਾ ਤਾਂ ਉਸ ਨੂੰ ਇੰਨਾ ਤਸੀਹਾ ਦੇ ਕੇ ਮੈਂ ਸ਼ਹੀਦ ਕਰ ਦਿਆਂਗਾ, ਮਾਰ ਦਿਆਂਗਾ ਕਿ ਮੁੜ ਕੇ ਕੋਈ ਹੌਂਸਲਾ ਨਹੀਂ ਕਰ ਸਕੇਗਾ, ਕੋਈ ਜੁਰਤ ਨਹੀਂ ਕਰਕੇ ਦਿਖਾ ਸਕੇਗਾ ਕਿ ਮੈਂ ਵੀ ਗੁਰੂ ਦਾ ਸਿੱਖ ਹੈ, ਮੈਂ ਵੀ ਔਰੰਗਜ਼ੇਬ ਦੇ ਜ਼ੁਲਮ ਅਤੇ ਭੈ ਤੋਂ ਡਰਦਾ ਨਹੀਂ। ਇੰਨਾ ਭੈ, ਇੰਨਾ ਜਬਰ ਦੁਨੀਆ ਵਿੱਚ ਕਰਕੇ ਔਰੰਗਜ਼ੇਬ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਲੋਕਾਂ ਦੇ ਅੰਦਰ ਇੰਨਾ ਡਰ ਪੈਦਾ ਕਰ ਦਿੱਤਾ ਕਿ ਮੇਰੇ ਹੁਕਮ ਅੱਗੇ ਕੋਈ ਵੀ ਮਨੁੱਖ ਸਿਰ ਉੱਚਾ ਚੁੱਕ ਕੇ ਨਹੀਂ ਤੁਰ ਸਕਦਾ। ਮਨਸ਼ਾ ਉਹਦੀ ਇਹ ਸੀ ਕਿ ਜੇ ਕੋਈ ਅੱਗੇ ਆਇਆ ਤਾਂ ਮੈਂ ਉਸ ਨੂੰ ਤੁਰੰਤ ਉਸ ਦਾ ਸਿਰ ਕਲਮ ਕਰ ਦਿਆਂਗਾ, ਧੰਨ ਨਾਲੋਂ ਸੀਸ ਲਾ ਦਿਆਂਗਾ ਅਤੇ ਹੋਰ ਕੋਈ ਫਿਰ ਮੁੜ ਕੇ ਦੁਬਾਰਾ ਉੱਠ ਨਾ ਸਕੇ, ਆਵਾਜ਼ ਨਾ ਦੇ ਸਕੇ, ਜ਼ੁਲਮ ਦੇ ਖਿਲਾਫ ਬੋਲ ਨਾ ਸਕੇ, ਲੋਕਾਂ ਦੀਆਂ ਜ਼ਬਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ, ਇੰਨਾ ਜ਼ੁਲਮ ਕੀਤਾ ਜਾਏਗਾ।
ਤਾਂ ਉਸ ਵਕਤ ਇਹ ਐਲਾਨ ਕਰਾਇਆ ਭਾਈ ਜੀਵਨ ਸਿੰਘ ਜੀ ਨੇ ਦੱਸਿਆ ਕਿ ਮਹਾਰਾਜ ਮੈਨੂੰ ਖਬਰ ਮਿਲੀ ਕਿ ਨੌਵੇਂ ਪਾਤਸ਼ਾਹ ਜੀ ਦੇ ਧੜ ਦਾ ਜਿਹੜਾ ਸੰਸਕਾਰ ਸੀ ਭਾਈ ਲੱਖੀ ਸ਼ਾਹ ਵਣਜਾਰੇ ਨੇ ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਉੱਥੇ ਬੜੇ ਗੁਪਤ ਤਰੀਕੇ ਦੇ ਨਾਲ ਉਹ ਸਮੇਂ ਦਾ ਹਾਲਾਤ ਹੀ ਐਸਾ ਸੀ ਗੁਰ ਇਤਿਹਾਸ ਵਿੱਚ ਸਾਰਾ ਜ਼ਿਕਰ ਹੈ ਮੈਂ ਵਿਸਥਾਰ ਵਿੱਚ ਨਹੀਂ ਜਾਣਾ ਕਿ ਭਾਈ ਲੱਖੀ ਸ਼ਾਹ ਨੇ ਆਪਣੀ ਝੌਂਪੜੀ ਜਿੱਥੇ ਉਹ ਰਿਹਾ ਕਰਦੇ ਸਨ ਉੱਥੇ ਸਤਿਗੁਰੂ ਜੀ ਦਾ ਧੜ ਰੂੰ ਦੇ ਗੱਡੇ ਵਿੱਚ ਲੁਕੋ ਕੇ ਲਿਜਾ ਕੇ ਸਾਰੇ ਪਰਿਵਾਰ ਨੇ ਨਾਲ ਦੇ ਸਾਥੀਆਂ ਨੇ ਔਰ ਔਰੰਗਜ਼ੇਬ ਤੋਂ ਡਰਦਿਆਂ ਵੀ ਹੋਇਆ ਪਤਾ ਵੀ ਨਾ ਲੱਗ ਜਾਏ ਪਰ ਸਤਿਗੁਰਾਂ ਦੇ ਧੜ ਦਾ ਸੰਸਕਾਰ ਕਰਨ ਦੀ ਸੇਵਾ ਕਰ ਦਿੱਤੀ ਹੈ। ਸਤਿਗੁਰੂ ਜੀ ਨੇ ਪੁੱਛਿਆ ਕਿ ਕਿਸੇ ਸਿੱਖ ਨੇ ਜੁਰਤ ਨਹੀਂ ਕੀਤੀ ਸਾਹਮਣੇ ਆ ਕੇ ਇੰਨੀ ਗੱਲ ਕਬੂਲ ਨਹੀਂ ਕੀਤੀ ਕਿ ਮੈਂ ਗੁਰੂ ਦਾ ਸਿੱਖ ਹਾਂ ਮੈਂ ਆ ਸੇਵਾ ਕਰਨ ਲੱਗਾ ਹਾਂ। ਭਾਈ ਜੀਵਨ ਸਿੰਘ ਕਹਿਣ ਲੱਗੇ ਨਹੀਂ ਮਹਾਰਾਜ ਪ੍ਰਤੱਖ ਰੂਪ ਵਿੱਚ ਕੋਈ ਅੱਗੇ ਨਹੀਂ ਆਇਆ ਕਿਸੇ ਦਾ ਹੌਂਸਲਾ ਨਹੀਂ ਪਿਆ। 2600 ਘਰ ਦਿੱਲੀ ਵਿੱਚ ਸਿੱਖਾਂ ਦਾ ਸੀ ਉਸ ਸਮੇਂ 2600 ਘਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਤਾਂ ਉਸ ਸਮੇਂ ਫਿਰ ਬੀਰਸ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਸਨ ਕਿ ਇਸੇ ਧਰਤੀ ਤੋਂ ਅਨੰਦਪੁਰ ਸਾਹਿਬ ਤੋਂ ਇੱਕ ਐਸਾ ਖਾਲਸਾ ਸਾਜਾਂਗੇ ਨਾ ਜਿਹੜਾ ਲੱਖਾਂ ਕਰੋੜਾਂ ਦੇ ਵਿੱਚ ਵੀ ਖਲੋਤਾ ਹੋਇਆ ਦੁਨੀਆ ਵਿੱਚ ਪਛਾਣਿਆ ਜਾਏਗਾ ਕਿ ਗੁਰੂ ਦਾ ਸਿੱਖ ਹੈ। ਅੰਮ੍ਰਿਤ ਦੀ ਦਾਤ ਬਖਸ਼ਾਂਗੇ ਔਰ ਬਾਣੀ ਬਾਣਾ ਬਖਸ਼ਾਂਗੇ। ਉਹ ਅਡਰੀ ਵਿਲੱਖਣ ਪਹਿਚਾਣ ਕਲਗੀਆਂ ਵਾਲੇ ਸਤਿਗੁਰੂ ਨੇ ਸਾਨੂੰ ਦਿੱਤੀ ਜਿਸ ਕਰਕੇ ਹੀ ਦੁਨੀਆ ਦੇ ਅੰਦਰ ਗੁਰਸਿੱਖੀ ਖਾਲਸਾ ਪੰਥ ਜਿਹੜਾ ਧਰਮ ਹੈ ਇਹ ਵਿਲੱਖਣ ਹੈ ਔਰ ਵੱਖਰੀ ਹੀ ਸਿੱਖ ਕੌਮ ਹੈ। ਮਹਾਂਪੁਰਖ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਚਨ ਕਿਹਾ ਕਰਦੇ ਸਨ ਕਿ ਜਿਹੜੀ ਸਿੱਖ ਕੌਮ ਹੈ ਨਾ ਇਹ ਜਦੋਂ ਦੀ ਸ੍ਰਿਸ਼ਟੀ ਸਾਡੀ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਿੱਖ ਉਦੋਂ ਦੀ ਸਾਜੇ ਹੋਏ ਹੈ। ਉਹ ਬਹੁਤ ਸੁੰਦਰ ਦਲੀਲ ਦਿਆ ਕਰਦੇ ਸਨ ਜਿਨ੍ਹਾਂ ਦੀ ਦਲੀਲ ਦਾ ਵੱਡੇ ਤੋਂ ਵੱਡੇ ਵਿਦਵਾਨ ਸਿਆਣੇ ਲੋਕ ਵੀ ਕਦੇ ਜਵਾਬ ਨਹੀਂ ਦੇ ਸਕੇ। ਕਹਿਣ ਲੱਗੇ ਮੁਸਲਮਾਨ ਦੇ ਘਰ ਵਿੱਚ ਵੀ ਬੱਚਾ ਪੈਦਾ ਹੋ ਜਾਏ ਸਿੱਖ ਦੇ ਘਰ ਵਿੱਚ ਵੀ ਪੈਦਾ ਹੋ ਜਾਏ ਹਿੰਦੂ ਦੇ ਘਰ ਵਿੱਚ ਵੀ ਪੈਦਾ ਹੋ ਜਾਏ ਜਨਮ ਤੋਂ ਲੈ ਕੇ ਉਹਨਾਂ ਨੂੰ ਉਸੇ ਰਹਿਣੀ ਵਿੱਚ ਰੱਖੋ ਜਿਵੇਂ ਉਹ ਪੈਦਾ ਹੋਏ ਹੈ ਜਿਉਂ ਜਿਉਂ ਵੱਡੇ ਹੋਣਗੇ ਸਿਰ ਉੱਤੇ ਕੇਸ ਮੁੱਖ ਉੱਤੇ ਦਾੜਾ ਅਤੇ ਕੋਈ ਦੱਸ ਨਹੀਂ ਸਕੇਗਾ ਕਿ ਮੁਸਲਮਾਨ ਹੈ ਹਿੰਦੂ ਹੈ ਹਰ ਕੋਈ ਆਖੇਗਾ ਵੀ ਇਹ ਸਿੱਖ ਹੈ। ਇਸ ਕਰਕੇ ਮਹਾਂਪੁਰਖਿਆ ਕਰਦੇ ਜੰਮਦਾ ਤਾਂ ਸਿੱਖ ਹੀ ਹੈ ਬਾਅਦ ਦੇ ਵਿੱਚ ਸੁੰਨਤ ਕਰਕੇ ਮੁਸਲਮਾਨ ਬਣਾਇਆ ਜਾਂਦਾ ਔਰ ਬੋਧੀ ਚੰਗੀ ਤਰ੍ਹਾਂ ਘੜ ਕੇ ਉਸ ਨੂੰ ਹਿੰਦੂ ਬਣਾਇਆ ਜਾਂਦਾ ਬਾਅਦ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਸੋ ਸਾਧ ਸੰਗਤ ਜੀ ਪਰ ਫਿਰ ਵੀ ਕਲਗੀਆਂ ਵਾਲੇ ਸਤਿਗੁਰੂ ਨੇ ਸਾਨੂੰ ਬਾਣੀ ਬਾਣਾ ਦਿੱਤਾ ਸਾਡੀ ਅਲੱਗ ਔਰ ਵੱਖਰੀ
ਵਿਲੱਖਣ ਪਹਿਚਾਣ ਦੁਨੀਆ ਵਿੱਚ ਸਾਨੂੰ ਬਖਸ਼ਿਸ਼ ਕੀਤੀ। ਕਹਿਣ ਤੋਂ ਭਾਵ ਹੈ ਹਰ ਕੌਮ ਦੀ ਜਿਹੜੀ ਵਿਲੱਖਣ ਪਹਿਚਾਣ ਹੈ ਨਾ, ਵਿਲੱਖਣ ਹੋਂਦ ਹੈ ਦੁਨੀਆ ਵਿੱਚ, ਉਹ ਅਸੂਲਾਂ ਕਰਕੇ ਹੈ, ਸਿਧਾਂਤਾਂ ਕਰਕੇ ਹੈ, ਨਿਯਮਾਂ ਕਰਕੇ ਹੈ।